ਇਹ ਤਸਵੀਰਾਂ ਸ਼ੰਭੂ ਦੇ ਰੇਲਵੇ ਸਟੇਸ਼ਨ ਦੀਆਂ ਨੇ। ਇੱਥੇ ਕਿਸਾਨਾਂ ਦਾ ਧਰਨਾ ਜਾਰੀ ਹੈ। ਸਾਥੀ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਬੁੱਧਵਾਰ ਨੂੰ ਕਿਸਾਨਾਂ ਨੇ ਰੇਲਵੇ ਟਰੈਕ 'ਤੇ ਧਰਨਾ ਮਾਰ ਦਿੱਤਾ ਸੀ। ਇਹ ਧਰਨਾ ਵੀਰਵਾਰ ਵੀ ਜਾਰੀ ਰਿਹਾ। ਕਿਸਾਨਾਂ ਦੀ ਮੰਗ ਹੈ ਕਿ ਹਰਿਆਣਾ ਪੁਲਿਸ ਵੱਲੋਂ ਫੜੇ ਗਏ ਉਹਨਾਂ ਦੇ ਸਾਥੀ ਰਿਹਾ ਕੀਤੇ ਜਾਣ। ਇਸ ਦੇ ਲਈ ਕਿਸਾਨ ਲੀਡਰਾਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਵੀ ਹੋਈ, ਪਰ ਗੱਲ ਕੋਈ ਤਨ ਪੱਤਨ ਨਹੀਂ ਲੱਗੀ। ਨਤੀਜਾ, ਕਿਸਾਨਾਂ ਨੇ ਸ਼ੰਭੂ ਰੇਲਵੇ ਟਰੈਕ 'ਤੇ ਧਰਨਾ ਮਾਰ ਦਿੱਤਾ। ਹਾਲਾਂਕਿ ਪਟਿਆਲਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਪ੍ਰਸ਼ਾਸਨ ਇਸ ਦੇ ਵਿੱਚ ਅਸਫਲ ਰਿਹਾ। ਜਿਹੜਾ ਸ਼ੰਭੂ 'ਤੇ ਮੋਰਚਾ ਚੱਲ ਰਿਹਾ ਉਹ ਲਗਾਤਾਰ ਚੱਲ ਰਿਹਾ, ਜਾਰੀ ਰਹੇਗਾ ਜਿੰਨੀ ਦੇਰ ਤੱਕ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ। ਔਰ ਇਹਦੇ ਨਾਲ ਨਾਲ ਜਿਹੜਾ ਕੌਮੀ ਇਨਸਾਫ ਮੋਰਚੇ ਨੂੰ ਉਜਾੜਨ ਦਾ ਫੈਸਲਾ ਕੀਤਾ ਵਾ ਅਦਾਲਤ ਦੇ ਮੋਢੇ 'ਤੇ ਰੱਖ ਕੇ ਪ੍ਰਸ਼ਾਸਨ ਨੇ, ਸੋ ਹਰ ਇੱਕ ਨੂੰ ਜਮਹੂਰੀ ਹੱਕ ਹੈਗਾ ਵਾ ਪੀਸਫੁਲੀ ਢੰਗ ਨਾਲ ਬਹਿ ਕੇ ਆਪਣਾ ਪ੍ਰਚਾਰ ਪ੍ਰੋਪੋਗੰਡਾ ਕਰੇ। ਅਸੀਂ ਦੋਵੇਂ ਫੋਰਮਾਂ ਵੱਲੋਂ ਇਸ ਕਦਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਜੇ ਸਰਕਾਰ ਨੇ ਕੁਝ ਅਜਿਹਾ ਕੀਤਾ ਤਾਂ ਉਹਦਾ ਫਲਸਰੂਪ ਵੀ ਦੇਖਣ ਨੂੰ ਸਰਕਾਰ ਨੂੰ ਮਿਲੂਗਾ। ਧੰਨਵਾਦ।